ਜਿਹੜੀ ਯੂਸੀਪੀ ਦੀ ਸਰਕਾਰ ਆ ਆਪਣੇ ਸੂਬੇ ਦੇ ਵਿੱਚ ਉਹਨੂੰ ਤਕਰੀਬਨ 2 ਸਾਲ ਹੋ ਗਿਆ ਜੀ ਤੇ ਦਿਓਲ ਸਾਹਿਬ ਤੁਸੀਂ ਕਿਵੇਂ ਦੇਖ ਰਹੇ ਆ ਉਸ ਪਾਰਟੀ ਨੂੰ ਪੇ ਉਹਨਾਂ ਨੇ ਪਿਛਲੇ 2 ਸਾਲਾਂ ਵਿੱਚ ਕਿੰਨੀ ਕਾਰਗੁਜ਼ਾਰੀ ਕੀਤੀ ਕੀ ਕੋਈ ਨਾ ਕਿਹਾ ਸੀਗਾ ਇਕਨੋਮੀ ਬਾਰੇ ਜੌਬਸ ਬਾਰੇ ਕੀ ਉਹ ਖਰੇ ਉਤਰੇ ਜੀ ਉਹਨਾਂ ਗੱਲਾਂ ਤੇ ਸਰਕਾਰ ਜੇ ਥੋੜੇ ਸ਼ਬਦਾਂ ਦਾ ਕਹਿਣਾ ਹੋਵੇ ਉਹ ਬੁਰੀ ਤਰ੍ਹਾਂ ਜਿਹੜੀ ਆ ਹਰ ਆਪਣੇ ਹਰ ਹਰਕ ਪਹਿਲੂ ਦੇ ਉਹ ਬੁਰੀ ਤਰ੍ਹਾਂ ਫੇਲ ਹੋਈ ਹੈ ਕੋਵਿਡ ਦੇ ਵਿੱਚ ਹੁਣ ਇਹਨਾਂ ਦੇ ਆਪਣੇ ਕਾਫਿਸ ਦੇ ਵਿੱਚ ਜੇ ਪਹਿਲਾਂ ਤਾਂ ਮੇਰਾ ਖਿਆਲ ਹੈ ਕਿ ਇਹ ਬੜਾ ਆਪ ਖੁਦ ਵੀ ਉਸ ਗੱਲ ਨੂੰ ਲਾਈਟਲੀ ਲੈਂਦੇ ਰਹਿ ਜਦੋਂ ਇਹਨਾਂ ਨੂੰ ਕਿਹਾ ਜਾ ਰਿਹਾ ਸੀਗਾ ਤੇ ਉਹ ਗੱਲਾਂ ਤੇ ਅਸਰ ਨਹੀਂ ਉਨ੍ਹਾਂ ਕੀਤਾ ਗਿਆ 250 ਬੰਦਾ ਆਈਸੀਯੂ ਦੇ ਵਿੱਚ ਪਹੁੰਚ ਚੁੱਕਾ ਸੀ ਤੇ ਆਈਸੀਯੂ ਦੇ ਵਿੱਚ ਜਿੱਥੇ ਇੱਕ ਬੈੱਡ ਦੀ ਜਗ੍ਹਾ ਤੇ ਦੋ ਦੋ ਬੈੱਡ ੱਤੇ ਜਾ ਰਿਹਾ ਸੀ ਉਹ ਡਾਕਟਰ ਜਿਨ੍ਹਾਂ ਨੇ ਹਜੇ ਪ੍ਰੈਕਟਿਸ ਸ਼ੁਰੂing ਕੀਤੀ ਜੌਬ ਨਹੀਂ ਸ਼ੁਰੂ ਕੀਤੀ ਨਵੇਂ ਉਹਨਾਂ ਨੂੰ ਐਮਰਜੈਂਸੀ ਟੈਂਡ ਕਰਨ ਲਈ ਕਿਹਾ ਜਾ ਰਿਹਾ ਸੀ ਪੂਰੀ ਦੁਨੀਆ ਕੋਵਿਡ ਦੇਸਤੌਰ ਚ ਲੰਘ ਰਹੀ ਆ ਤੇ ਅਲਬਰਟਾ ਦੇ ਵਿੱਚ ਵੀ ਉਹਦਾ ਅਸਰ ਆ 2000 ਤੋਂ ਵੱਧ ਲੋਕ ਜਿਹੜੇ ਆ ਉਹਨਾਂ ਨੇ ਆਪਣੀ ਜਾਨ ਜਿਹੜੀ ਗਵਾਈ ਆ ਇਸ ਮਹਾਮਾਰੀ ਦੇ ਦੌਰਾਨ ਜੀ ਪਰ ਇਹ ਸਾਰੇ ਕੁਛ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਜਿਸ ਢੰਗ ਨਾਲ ਲੋਕਾਂ ਦੇ ਪੈਸੇ ਉਹਨਾਂ ਨੇ ਬੇਸਟ ਕੀਤੇ ਆ ਤੁਸੀਂ ਦੇਖੋ ਵੀ ਪੁਰਾਣੇ 5 ਬਿਲੀਅਨ ਨੂੰ ਛੱਡ ਦਈਏ ਤੇ ਜਿਹੜਾ ਹੁਣੇ 1.3 ਬਿਲੀਅਨ ਡਾਲਰ ਚੁੱਪ-ਚਾਪ ਟ੍ਰਾਂਸਫਰ ਕੀਤਾ ਜਿਹੜੀ ਇੱਥੋਂ ਦੀ ਪਾਈਪਲਾਈਨ ਵਾਲੀ ਕੰਪਨੀ ਹੈ ਤੇ ਉਹ ਪ੍ਰੋਜੈਕਟ ਜਿਹੜਾ ਉਹਦੇ ਤੋਂ ਬਾਅਦ ਬੰਦ ਹੋ ਗਿਆ ਜਿਹੜਾ ਮਾਰਚ 17 ਤੱਕ ਇਹ ਕਹਿੰਦੇ ਰਹੇ ਸਾਡਾ ਪ੍ਰੋਗਰਾਮ ਤਿਆਰ ਆ ਜੀ ਇਹ ਕੱਲ ਨੂੰ ਲਾਂਚ ਹੋ ਜਾਣਾ ਪਰਸਨ ਨੂੰ ਲਾਂਚ ਹੋ ਜਾਣਾ ਉਹਦੇ ਤੋਂ ਬਾਅਦ ਉਹ ਪੈਸੇ ਐਵੇਂ ਗਏ ਡਾਕਟਰਾਂ ਦੇ ਨਾਲ ਹਜੇ ਤੱਕ ਜਿਹੜਾ ਐਗਰੀਮੈਂਟ ਹੈ ਉਹ ਉਹ ਸਾਈਨ ਨਹੀਂ ਕਰਾ ਸਕੇ ਯਾਨੀ ਕਿ ਡਾਕਟਰਾਂ ਨੇ ਤਾਂ ਹੁਣ ਇਹ ਤਿਆਰ ਕਰ ਲਿਆ ਜਿਸ ਤਰ੍ਹਾਂ ਉਹਨਾਂ ਦੀ ਇਨਫੋਰਮੇਸ਼ਨ ਆ ਰਹੀ ਆ ਭਾਈ ਇਹਦੇ ਨਾਲ ਉਹ ਤਾਂ ਚੰਗੀ ਗੱਲ ਆ ਜੇ ਬਚਣਾ ਤੇ ਆਪਣਾ ਬੋਰੀ ਵਸਤਰਾ 골 ਕਰੋ ਸਕੂਲਾਂ ਦੇ ਵਿੱਚ ਉਹ ਕਹਿੰਦੇ ਵੀ ਇਹਦੇ ਮੋੜ ਕੇ ਛਾਣਬੀਣ ਕੀਤੀ ਜਾਏ ਦੁਬਾਰਾ ਇਹਨੂੰ ਰੀਰਾਈਟ ਕੀਤਾ ਜਾਏ ਔਰ ਫਿਰ ਇਹਦੇ ਤੇ ਗੱਲਬਾਤ ਕੀਤੀ ਜਾਏ ਅੱਜ ਮੈਂ ਇੱਕ ਖਬਰ ਪੜ੍ਹ ਰਿਹਾ ਸੀਗਾ ਉਹ ਜਿਹੜੇ ਫ੍ਰੈਂਕਾਫੋਨਸ ਹੈਗੇ ਆ ਉਹਨਾਂ ਨੇ ਵੀ ਨਾ ਕਰ ਦਿੱਤੀ ਵੀ ਅਸੀਂ ਵੀ ਸਕੂਲਾਂ 'ਚ ਲਾਗੂ ਨਹੀਂ ਕਰਨਾ ਔਰ ਲੋਕ ਚਾਹੁੰਦੇ ਆ ਵੀ ਇਹ ਤੁਸੀਂ ਪਹਿਲਾਂ ਸਲਾਹ مشورہ ਕਰੋ ਫੇਰ ਕਰੋ ਇਹ ਤਾਂ ਮੈਨੂੰ ਲੱਗਦਾ ਜੀ ਉਹ ਜਿੱਦਾਂ ਉਧਰ ਪਿਛਲੇ ਦੇਸ਼ ਦੇ ਵਿੱਚ મોદી ਹੋਰੀ ਕਰ ਰਿਹਾ ਹੈ ਵੀ ਤੱਕੇ ਨਾ ਪਹਿਲਾਂ ਕਰ ਦਿਓ ਬਾਅਦ ਚ ਸਲਾਹ مشوره ਦੀ ਗੱਲ ਕਰੋ ਜਿਸ ਦਿਨ ਹਾਊਸ ਦੀ ਪਹਿਲੀ ਬੈਠਕ ਸੀ ਅੱਛਾ ਇਹਨਾਂ ਨੇ ਜਿਹੜਾ ਆਉਂਦਿਆਂ ਹੀ ਅਨਾਉਂਸਮੈਂਟ ਕੀਤੀ ਨਾ ਜੀ ਉਹ ਅਨਾਉਂਸਮੈਂਟ ਇਹ ਸੀ ਵੀ ਜਿਹੜੀਆਂ ਗਵਰਨਮੈਂਟ ਦੀਆਂ ਅਨਾਊਂਸਮੈਂਟ ਹੋਣਗੀਆਂ ਉਹਨਾਂ ਦੇ ਵਿੱਚ ਹੁਣ ਲੈਂਡ ਐਕਨੋਲਜਮੈਂਟ ਜ਼ਰੂਰੀ ਨਹੀਂ ਹੋਈ ਇਹ ਕਹਿੰਦੇ ਨੇ ਵੀ ਅਸੀਂ ਪਿੰਡਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਅਸੀਂ ਕਿਸੇ ਅਲਬਰਟਾ ਦੇ ਇੱਕ ਵਿਊ ਨੂੰ ਰਿਪਰੈਜ਼ੈਂਟ ਕਰਦੇ ਆ ਤੁਸੀਂ ਅੰਦਾਜ਼ਾ ਲਾਓ ਕੋਈ ਸਕੂਲ ਬੋਰਡ ਨਹੀਂ ਬਚ ਰਿਹਾ ਕੋਈ ਕਮਿਊਨਿਟੀ ਨਹੀਂ ਹੈ ਕੋਈ ਮਿਊਨਿਸਪੈਲਿਟੀ ਨਹੀਂ ਹੈ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੇਰੇ ਨਾਲ ਜਿਹੜਾ ਅਲਬਰਟਾ ਵੀਕਲੀ ਪ੍ਰੋਗਰਾਮ ਹੈ ਉਹਦੇ ਵਿੱਚ ਸਾ ਜਸਵੀਰ ਦਿਓਲ ਹੋਰੀ ਸ਼ਾਮਲ ਹੋ ਰਹੇ ਨੇ ਸਾਡੇ ਇਥੋਂ ਐਡਮੰਟਨ ਸ਼ਹਿਰ ਦੇ ਐਮ ਐਲ اے ਨੇ ਐਨ ਡੀ ਪੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਰਿਪਰੈਜ਼ੈਂਟ ਤਾਂ ਖੈਰ ਲੋਕਾਂ ਨੂੰ ਕਰਦੇ ਆ ਜੀ ਪਰ ਇਹ ਐਨ ਡੀ ਪੀ ਪਾਰਟੀ ਵੱਲੋਂ ਚੁਣੇ ਗਏ ਸੀਗੇ ਜਸਵੀਰ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾਬ ਮਨਪਤਾ ਆਪਾਂ ਪਿੱਛੇ ਵੀ ਮੁਲਾਕਾਤਾਂ ਕੀਤੀਆਂ ਹੁਣ ਜਿਹੜੀ ਯੂਸੀਪੀ ਦੀ ਸਰਕਾਰ ਆ ਆਪਣੇ ਸੂਬੇ ਦੇ ਵਿੱਚ ਉਹਨੂੰ ਤਕਰੀਬਨ 2 ਸਾਲ ਹੋ ਗਏ ਜੀ ਤੇ ਦਿਓਲ ਸਾਹਿਬ ਤੁਸੀਂ ਕਿਵੇਂ ਦੇਖ ਰਹੇ ਆ ਉਸ ਪਾਰਟੀ ਨੂੰ ਪੇ ਉਹਨਾਂ ਨੇ ਪਿਛਲੇ 2 ਸਾਲਾਂ ਵਿੱਚ ਕਿੰਨੀ ਕਾਰਗੁਜ਼ਾਰੀ ਕੀਤੀ ਕੀ ਕੋਈ ਨਾ ਕਿਹਾ ਸੀਗਾ ਇਕਨੋਮੀ ਬਾਰੇ ਜੌਬਸ ਬਾਰੇ ਕੀ ਉਹ ਖਰੇ ਉਤਰੇ ਜੀ ਉਹਨਾਂ ਗੱਲਾਂ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਆ ਆਪਣੇ ਇਸ ਮੰਚ ਦੇ ذریعے ਜਿਹੜਾ ਪੰਜਾਬੀ ਚੈਨਲ ਪੰਜਾਬੀ ਚੈਨਲ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਤੇ ਇਹ ਸਰਕਾਰ ਨੂੰ ਵੀ 2 ਸਾਲ ਹੋ ਗਿਆ ਤੇ ਤੁਸੀਂ ਐ ਕਹੋ ਵੀ ਮੈਨੂੰ ਵੀ ਇਸ ਹਲਕੇ ਨੂੰ ਰਿਪਰੈਜ਼ੈਂਟ ਕਰਦਿਆਂ 2 ਸਾਲ ਹੋ ਗਿਆ ਤੇ ਮੈਂ ਤੁਹਾਡੇ ਇਸ ਪਲੈਟਫਾਰਮ ਦੇ ذریعے ਐਡਮਿੰਟਨ ਮੈਡੋਸ ਦੇ ਉਹਨਾਂ ਵੋਟਰਾਂ ਲੋਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਜਿਹੜਾ ਆਪਣਾ ਵਿਸ਼ਵਾਸ ਮੇਰੇ ਜਗਰਗਤ ਕੀਤਾ ਸੀ ਅੱਜ ਨੂੰ ਪੂਰੇ 2 ਸਾਲ ਹੋ ਗਏ ਨੇ ਜੀ ਤੇ ਜਿੱਥੇ ਤੱਕ ਸਰਕਾਰ ਦਾ ਮਸਲਾ ਜੀ ਹਮ ਹਮ ਸਰਕਾਰ ਬਾਰੇ اپੋਜੀਸ਼ਨ ਦਾ ਇੱਕ ਆਪਣਾ ਵਿਊ ਹੈ اپੋਜੀਸ਼ਨ ਦਾ ਇੱਕ ਆਪਣਾ ਨਜ਼ਰੀਆ اپੋਜੀਸ਼ਨ ਦੀ ਇੱਕ ਆਪਣੀ ਡਿਫਰੈਂਟ ਅਪਰੋਚ ਹੈ ਤਾਂ ਹੀ ਦੋ ਪਾਰਟੀਆਂ ਸਨ ਤੇ ਰਾਜਕਰ ਦੀ ਪਾਰਟੀ ਇੱਕ ਆਪਣੀ ਅਪਰੋਚ ਲੈ ਕੇ ਆਈ ਸੀ ਪਰ ਉਹ ਸਾਰੇ ਦਾਅਵੇ ਉਹ ਕਲੇਮ ਕਰਨ ਤੋਂ ਬਾਅਦ ਜਦੋਂ ਤੋਂ ਉਹਨਾਂ ਨੇ ਦਫ਼ਤਰ ਸੰਭਿਆ ਆਫਿਸ ਚਾਇਨੇ ਤਾਂ ਮੈਂ ਕਹਿੰਦਾ ਵੀ ਹੁਣ ਤੁਸੀਂ اپੋਜੀਸ਼ਨ ਬਾਰੇ ਇਹ ਰਹਿ ਨਹੀਂ ਦਿੱਤਾ ਜਾਵੇ ਉਹਨਾਂ ਦਾ ਉਹਨਾਂ ਦਾ opinion ਨਾ ਵੀ ਲਿਆ ਜਾਵੇ ਤਾਂ ਜਿਹੜੇ opinion ਲੋਕਾਂ ਦੇ মিডিਆ ਦੇ ਸਰਕਾਰ ਦੇ ਆਪਣੀਆਂ ਜਿਹੜੀਆਂ ਏਜੰਸੀਆਂ ਉਹਨਾਂ ਦੇ ਵੀ ਆ ਤੇ ਉਹਦੇ ਆਪਣੇ ਅੰਦਰ ਕਾਕਸ ਦੇ ਵੀ ਜਿਹੜੇ ਆ ਹਮ ਹਮ ਤੇ ਉਹ ਸਾਹਮਣੇ ਆ ਰਹੀ ਸਰਕਾਰ ਜੇ ਥੋੜੇ ਸ਼ਬਦਾਂ ਤੋਂ ਕਹਿਣਾ ਹੋਵੇ ਉਹ ਬੁਰੀ ਤਰ੍ਹਾਂ ਜਿਹੜੀ ਆ ਹਰ ਆਪਣੇ ਇਹ ਹਰ ਪਹਿਲੂ ਤੇ ਉਹ ਬੁਰੀ ਤਰ੍ਹਾਂ ਫੇਲ ਹੋਈ ਆ ਜੌਬਾਂ ਨੂੰ ਉਹਨਾਂ ਨੇ ਬਹੁਤ ਵੱਡਾ ਮੁਰਦਾ ਬਣਾਇਆ ਸੀਗਾ ਜੀ ਜੌਬਾਂ ਕ੍ਰੀਏਟ ਨਹੀਂ ਹੋਈਆਂ ਅ ਜਿਵੇਂ ਇਕਨੋਮਿਕ ਰੈਸੈਸ਼ਨ ਲਗਾਤਾਰ ਬਣਿਆ ਹੋਇਆ ਉਹਦਾ ਕਾਰਨ ਵੀ ਆ ਕਿ ਬੂਮ ਬਸਤੀ ਇਕਨੋਮੀ ਤੇ ਸਿੰਗਲ ਕਮੋਡਿਟੀ ਤੇ ਜਿਹੜਾ ਪੁਰਾਣਾ ਚਲੋ ਕੰਜ਼ਰਵੇਟਿਵਨ ਦੀ ਦੇਣ ਹੈ ਉਹਦੇ ਵਿੱਚ ਛੱਡ ਦਿੰਨੇ ਆ ਕੈਨੀ ਸਾਹਿਬ ਨੂੰ ਪਰ ਉਹਦੇ ਤੋਂ ਵੀ ਅੱਗੇ ਇਹੋ ਆਪਣੀ ਜਿਹੜੀ ਆ ਕੋਈ ਸਮਝਦਾਰੀ ਦਿਖਾ ਨਹੀਂ ਰਹੇ ਦੂਸਰਾ ਕੋਵਿਡ ਹੈ ਪੂਰੀ ਦੁਨੀਆ ਕੋਵਿਡ ਦੇ ਇਸ ਦੌਰ ਚ ਲੰਘ ਰਹੀ ਆ ਤੇ ਅਲਵਾਟਾ ਦੇ ਵਿੱਚ ਵੀ ਉਹਦਾ ਅਸਰ ਹੈ 2000 ਤੋਂ ਵੱਧ ਲੋਕ ਜਿਹੜੇ ਆ ਉਹਨਾਂ ਨੇ ਆਪਣੀ ਜਾਨ ਜਿਹੜੀ ਗਵਾਈ ਆ ਇਸ ਮਹਾਮਾਰੀ ਦੇ ਦੌਰਾਨ ਜੀ ਪਰ ਇਹ ਸਾਰੇ ਕੁਝ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਜਿਸ ਢੰਗ ਨਾਲ ਲੋਕਾਂ ਦੇ ਪੈਸੇ ਉਹਨਾਂ ਨੇ ਬੇਸਟ ਕੀਤੇ ਆ ਤੁਸੀਂ ਦੇਖੋ ਵੀ ਆ ਪੁਰਾਣੇ 5 ਬਿਲੀਅਨ ਨੂੰ ਛੱਡ ਦਈਏ ਤੇ ਜਿਹੜਾ ਹੁਣੀ 1.3 ਬਿਲੀਅਨ ਡਾਲਰ ਚੁੱਪ-ਚਾਪ ਟਰਾਂਸਫਰ ਕੀਤਾ ਜਿਹੜੀ ਇੱਥੋਂ ਦੀ ਪਾਈਪਲਾਈਨ ਵਾਲੀ ਕੰਪਨੀ ਆ ਜੀ ਤੇ ਉਹ ਪ੍ਰੋਜੈਕਟ ਜਿਹੜਾ ਉਹਦੇ ਤੋਂ ਬਾਅਦ ਬੰਦ ਹੋ ਗਿਆ ਤੇ ਇਹਦੇ ਤੋਂ ਵੀ ਅੱਗੇ ਜਿਹੜੇ ਫੈਡਰਲ ਗਵਰਨਮੈਂਟ ਤੋਂ ਫੰਡਿੰਗ ਦੀ ਟਰਾਂਸਫਰ ਹੋਈ ਆ 185 ਮਿਲੀਅਨ ਡਾਲਰ ਦੀ ਉਹ 2000 ਦੇ ਵਿੱਤੀ ਬਰੇਚ ਲੋਕਾਂ ਨੂੰ ਸਮਾਲ ਬਿਜ਼ਨਸ ਨੂੰ ਦੇਣੇ ਆ ਦੇਣੇ ਸੀ ਜਾਂ ਇਹਨਾਂ ਨੇ ਆਪਣਾ ਇੱਕ ਉਹ ਪ੍ਰੋਗਰਾਮ ਕ੍ਰੀਏਟ ਕੀਤਾ ਸੀ ਜੋਬਸ ਨਾ ਜੀ ਉਹਦੇ ਥਰੂ ਦੇਣੇ ਸੀਗੇ ਆ ਜਿਹੜਾ ਮਾਰਚ 17 ਤੱਕ ਇਹ ਕਹਿੰਦੇ ਰਹੇ ਸਾਡਾ ਪ੍ਰੋਗਰਾਮ ਤਿਆਰ ਆ ਜੀ ਇਹ ਕੱਲ ਨੂੰ ਲਾਂਚ ਹੋ ਜਾਣਾ ਪਰਸਨਲ ਲਾਂਚ ਹੋ ਜਾਣਾ ਉਹਦੇ ਤੋਂ ਬਾਅਦ ਉਹ ਪੈਸੇ ਐਵੇਂ ਗਏ ਹੁਣ ਕਹਿੰਦੇ ਅਸੀਂ ਸਰਕਾਰ ਨੂੰ ਫੈਡਰ ਨੂੰ ਅਪੀਲ ਕੀਤੀ ਹੋਈ ਆ ਜੀ ਸਾਨੂੰ ਤੁਸੀਂ ਇਹੋ ਪ੍ਰੋਫਾਈਲ ਕਰ ਲੈਣ ਦਿਓ ਇਹ 20000 ਜਿਹੜਾ 2121 ਜਿਹੜਾ ਉਸ ਬਿਤੀ ਬਰੇ ਦੇ ਵਿੱਚ ਇਹ ਉਹਨਾਂ ਦੀ ਜਿਹੜੀ ਆ ਇਹਨਾਂ ਚੀਜ਼ਾਂ ਦੇ ਉੱਤੇ ਕਾਰਜ ਕਰ ਰਹੀ ਆ ਡਾਕਟਰਾਂ ਦੇ ਨਾਲ ਹਜੇ ਤੱਕ ਜਿਹੜਾ ਐਗਰੀਮੈਂਟ ਹੈ ਉਹੋ ਸਾਈਨ ਨਹੀਂ ਕਰਾ ਸਕੇ ਯਾਨੀ ਕਿ ਡਾਕਟਰਾਂ ਨੇ ਤਾਂ ਹੁਣ ਇਹ ਤੈਅ ਕਰ ਲਿਆ ਜਿਸ ਤਰ੍ਹਾਂ ਉਹਨਾਂ ਦੀ ਇਨਫੋਰਮੇਸ਼ਨ ਆ ਰਹੀ ਆ ਭਾਈ ਇਹਦੇ ਨਾਲ ਤਾਂ ਚੰਗੀ ਗੱਲ ਆ ਜੇ ਬਚਣਾ ਤੇ ਆਪਣਾ ਬੋਰੀ ਵਸਤਰਾ ਗੋਲ ਕਰੋ ਤਾਂ ਕਿਤੇ ਹੋਰ ਹੀ ਚੱਲ ਜਾ ਇਹਨਾਂ ਤੋਂ ਬੇਇੱਜ਼ਤੀ ਇੰਨੀ ਜ਼ਿਆਦੀ ਕਾਹਤੇ ਕਰਾਉਣੀ ਆ ਸਕੂਲਾਂ ਦੇ ਵਿੱਚ ਜਿਸ ਢੰਗ ਨਾਲ ਫੈਲ ਹੋਏ ਆ ਜਿਹੜਾ ਮਾੜਾ ਪੱਖੇ ਆ ਵੀ ਕੋਵਿਡ ਦੀ ਜਦੋਂ ਗੱਲ ਕੀਤੀ ਸੀ ਕਨਫਿਊਜ਼ਨ ਪੇ ਜਿਹੜੇ ਜਿਸ ਢੰਗ ਨਾਲ ਪਹਿਲਾਂ ਕਹਿ ਦਿੱਤਾ ਗਿਆ ਵੀ ਜਿਹੜੇ ਓਵਰਡੋਜ਼ ਨਾਲ ਡੈਥ ਹੋ ਰਹੀਆਂ ਹਾਲਾਂਕਿ ਉਹਦਾ ਵਿੱਚ ਵੀ ਇਹਨਾਂ ਦੀ ਅਕਾਉਂਟੇਬਿਲਟੀ ਬਣਦੀ ਆ ਜੀ ਪਰ ਉਹ ਕਿਤੇ ਵੱਧ ਨਹੀਂ ਤੇ ਕੋਵਿਡ ਦਾ ਖਤਰਾ ਘਟਾ ਹ ਹੁਣ ਪਰਸੋਂ ਹੀ ਜਦੋਂ 80000 ਤੋਂ ਉੱਤੇ ਸਟੂਡੈਂਟ ਘਰ ਬਿਠਾਤੇ ਗਏ ਨੇ ਜੀ ਉਸ ਵੇਲੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਆਪੋਜੀਸ਼ਨ ਲੀਡਰ ਦੇ ਸਵਾਲ ਦੇ ਜਵਾਬ ਦੇ ਵਿੱਚ ਪ੍ਰੀਮੀਅਰ ਸਾਫ ਕਹਿ ਰਹੇ ਨੇ ਕਿ ਇਨਫਲੂਐਂజా ਦਾ ਖਤਰਾ ਜਿਹੜਾ ਕੋਵਿਡ ਨਾਲੋਂ ਵੱਧਾ ਬੱਚਿਆਂ ਨੂੰ ਮੇਰਾ ਮਤਲਬ ਉਹ ਤੇ ਸਟੈਪ ਲੈਣ ਦੀ بجائے ਆਪਣਾ ਫੇਲਿਅਰ ਜਿਹੜਾ ਉਹਦੇ ਤੋਂ ਸਿੱਖਣ ਦੀ بجائے ਜੇ ਉਹਨਾਂ ਨੂੰ ਕੋਈ ਸਕੀਮ ਜਾਂ ਪ੍ਰੋਪੋਜ਼ਲ ਦਿੰਦਾ ਤਾਂ ਉਹਨੂੰ ਫਿਰ ਮਿਲਿਆ ਨੂੰ ਏਡਾ ਵੱਡਾ ਬਣਾ ਕੇ ਪੇਸ਼ ਕਰਦੇ ਨੇ ਕਿ ਜਿਸ ਤਰ੍ਹਾਂ ਬਹੁਤ ਵੱਡਾ ਪਹਾੜ ਦੇ ਪੈਣਾ ਚੂ ਬਰਤੇ ਤੇ ਜਦੋਂ ਕੰਪਨੀਆਂ ਨੂੰ ਦੇਣਾ ਤੇ ਚੁੱਪ ਚਪੀਤੇ ਉਹ ਬਿਲੀਅਨ ਨੂੰ ਇੰਨਾ ਛੋਟਾ ਬਣਾ ਕੇ ਪੇਸ਼ ਕਰਦੇ ਨੇ ਕਿ ਜਿਵੇਂ 1 ਬਿਲੀਅਨ ਕੁਛ ਨਹੀਂ ਹੁੰਦਾ ਤੇ 100 ਮਿਲੀਅਨ ਜਿਹੜਾ ਉਹਦੇ ਨਾਲ ਜਿਹੜਾ ਅਸੀਂ ਤਬਾਹ ਹੋ ਜਾਣਾ ਇਹ ਉਹਨਾਂ ਦੀ ਅਪਰੋਚ ਹੈ ਜਸਵੀਰ ਜੀ ਜਿਹੜਾ ਕੋਵਿਡ ਵਾਲੀ ਆਪਾਂ ਪਹਿਲਾਂ ਗੱਲ ਕਰੀਏ ਕਿਉਂਕਿ ਕੋਵਿਡ ਦੇ ਵਿੱਚ ਹੁਣ ਇਹਨਾਂ ਦੇ ਆਪਣੇ ਕਾਕਸ ਦੇ ਵਿੱਚ ਜੇ ਪਹਿਲਾਂ ਤਾਂ ਮੇਰਾ ਖਿਆਲ ਹੈ ਵੀ ਇਹ ਬੜਾ ਆਪ ਖੁਦ ਵੀ ਉਸ ਗੱਲ ਨੂੰ ਲਾਈਟਲੀ ਲੈਂਦੇ ਰਹਿ ਜਦੋਂ ਇਹਨਾਂ ਨੂੰ ਕਿਹਾ ਜਾ ਰਿਹਾ ਸੀਗਾ ਤੇ ਉਹ ਗੱਲਾਂ ਤੇ ਅਸਰ ਨਹੀਂ ਉਹਨਾਂ ਕੀਤਾ ਗਿਆ ਪਰ ਹੁਣ ਜਦੋਂ ਚਲੋ ਕੁਝ ਪਾਬੰਦੀਆਂ ਲਾਉਣ ਦਾ ਜ਼ਿਕਰ ਆਇਆ ਤੇ ਹੁਣ ਇਹਨਾਂ ਦੇ ਖੁਦ ਆਪਣੇ ਜਿਹੜੇ ਕਾਗਜ਼ ਦੇ ਬੰਦੇ ਆ ਜੀ ਉਹ ਬਗਾਵਤ ਕਰੀ ਫਿਰਦੇ ਆ ਉਸ ਗੱਲ ਤੇ ਆ ਦੇਖੋ ਜੀ ਇੱਕ ਪਾਸੇ ਤਾਂ ਇਕਨੋਮੀ ਜਿਹੜੀ ਆ ਉਹਦੇ ਤੇ ਏਡਾ ਵੱਡਾ ਅਸਰ ਹੈ ਤੇ ਜਿਹੜੀ ਲੋਕਾਂ ਦੀ ਹੈਲਥ ਆ ਔਰ ਇਸਕਤੇ ਆ ਫਰੰਟ ਲਾਈਨ ਤੇ ਜਿਹੜੇ ਵਰਕਰ ਨੇ ਡਾਕਟਰਸ ਨੇ ਨਰਸਾਂ ਨੇ ਉਹ ਆਪਣੀ ਜ਼ਿੰਦਗੀ ਰਿਸਕ ਤੇ ਲਾ ਕੇ ਚੱਲ ਰਹੇ ਨੇ ਜੀ ਆ ਕਿਸ ਤਰ੍ਹਾਂ ਸਾਡੇ ਜਿਹੜੇ ਆਈਸੀਯੂ ਸੀਗੇ ਉਹਦੇ ਤੇ ਵੀ ਉਸ ਵੇਲੇ ਜਿਹੜੇ ਪ੍ਰੀਮੀਅਰ ਸਾਹਿਬ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਦਿੱਤੀ ਉਹ ਬਹੁਤ ਧਖਦਾਈ ਸੀ ਫੇ 250 ਬੰਦਾ ਆਈਸੀਯੂ ਦੇ ਵਿੱਚ ਪਹੁੰਚ ਚੁੱਕਾ ਸੀ ਤੇ ਆਈਸੀਯੂ ਦੇ ਵਿੱਚ ਜਿੱਥੇ ਇੱਕ ਬੈੱਡ ਦੀ ਜਗ੍ਹਾ ਤੇ ਦੋ-ਦੋ ਬੈੱਡ ੱਤੇ ਜਾ ਰਿਆ ਸੀ ਉਹ ਡਾਕਟਰ ਜਿਨ੍ਹਾਂ ਨੇ ਹਜੇ ਪ੍ਰੈਕਟਿਸ ਸ਼ੁਰੂing ਕੀਤੀ ਜੌਬ ਨਹੀਂ ਸ਼ੁਰੂ ਕੀਤੀ ਨਵੇਂ ਉਹਨਾਂ ਨੂੰ ਐਮਰਜੈਂਸੀ ਅਟੈਂਡ ਕਰਨ ਲਈ ਕਿਹਾ ਜਾ ਰਿਆ ਸੀ ਉਸ ਵੇਲੇ ਵੀ ਇਦਾਂ ਦਾ ਜਣੇ ਕਿ ਬਿਆਨਬਾਜ਼ੀ ਕਰਦੇ ਰਹੇ ਕਿ ਉੱਤੇ ਕੋਈ ਖਤਰਾ ਨਹੀਂ ਪਿੰਡਾਂ ਦੇ ਹਸਪਤਾਲ ਖਾਲੀ ਪਏ ਨੇ ਹਜੇ ਬਹੁਤ ਜਗ੍ਹਾ ਪਰ ਇੱਕ ਵੀ ਕੁਵਾਦੀ ਸਾਰਾ ਕੁਝ ਬਦਲਣਾ ਪਿਆ ਇਦਾਂ ਦਾ ਲਗਾਤਾਰ ਕਰਦੇ ਰਹੇ ਮੈਂ ਤਾਂ ਹੀ ਦੁਬਾਰਾ ਮੈਂਸ਼ਨ ਕੀਤਾ ਕਿ ਹਜੇ ਆਪ 4.3 ਪਹਿਲਾਂ ਇਸੇ ਵੀਕ ਦੇ ਵਿੱਚ ਇੰਨੀ ਬੇਜਗਾਨਾ ਜਿਹੜੀ ਬਿਆਨਬਾਜ਼ੀ ਇੱਕ ਪਾਸੇ ਤੁਸੀਂ ਆਪਣੇ ਕਹਿ ਰਹੇ ਹੋ ਲੋਕਾਂ ਨੂੰ ਪੇ ਤੁਸੀਂ ਪਬਲਿਕ ਹੈਲਥ ਆਰਡਰਸ ਨੂੰ ਮੰਨੋ ਦੇਖੋ ਦੂਸਰੇ ਪਾਸੇ ਤੁਸੀਂ ਲੋਕਾਂ ਨੂੰ ਸ਼ਾਇਦ ਇਹ ਕਨਫਿਊਜ਼ ਕਰ ਰਹੇ ਹੋ ਬ੍ਰਦਰ ਹਾਲਾਤ ਇਹ ਪਹੁੰਚ ਗਿਆ ਕਿ ਚੀਫ ਮੈਡੀਕਲ ਆਫੀਸਰ ਨੇ ਉਹਨਾਂ ਨੂੰ ਜਾਂਦੀਆਂ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਨੂੰ ਕਹਿਣਾ ਪੈ ਰਿਹਾ ਕੋਈ ਗੱਲ ਨਹੀਂ ਮੈਂ ਤਾਂ ਲੋਕਾਂ ਦੇ ਲਈ ਲੜ ਰਹੀ ਹਾਂ ਲੋਕਾਂ ਦੇ ਲਈ ਸੇਵਾ ਲਈ ਕੰਮ ਕਰ ਰਹੀ ਹਾਂ ਤੇ ਮੈਂ ਤਾਂ ਐਵੀਡੈਂਸ ਬੇਸ ਇਨਫੋਰਮੇਸ਼ਨ ਆ ਜੋ ਮੇਰੀ ਡਿਊਟੀ ਆ ਮੈਂ ਉਹਨੂੰ ਵਾਹੂੰਗੀ ਤੋ ਚੁੱਪ ਕਰਕੇ ਬੈਠੇ ਨੇ ਅਤੇ ਦੂਸਰੀ ਗੱਲ ਜਿਹੜੀ ਇੱਕ ਹੋਰ ਸਕੂਲਾਂ ਬਾਰੇ ਆ ਰਹੇ ਸੀਗੇ ਕਿ ਜਿਹੜਾ ਕਰਿਕੂਲਮ ਇਹਨਾਂ ਨੇ ਤਿਆਰ ਕੀਤਾ ਸੀਗਾ ਕਿੰਡਰਗਾਰਡਨ ਤੋਂ ਲੈ ਕੇ ਗ੍ਰੇਡ 6 ਤਾਈਂ ਉਹ ਉਧਰੋਂ ਤਾਂ ਟੀਚਰ ਯੂਨੀਅਨ ਦੇ ਜਿਹੜੇ ਪ੍ਰਧਾਨ ਆ ਉਹ ਵੀ ਕਹਿ ਰਹੇ ਵੀ ਅਸੀਂ ਇਹਨੂੰ ਲਾਗੂ ਨਹੀਂ ਕਰਨਾ ਸਕੂਲਾਂ ਦੇ ਵਿੱਚ ਉਹ ਕਹਿੰਦੇ ਵੀ ਇਹਦੇ ਮੁੜ ਕੇ ਛਾਂਬੀਣ ਕੀਤੀ ਜਾਏ ਦੁਬਾਰਾ ਇਹਨੂੰ ਰੀਰਾਈਟ ਕੀਤਾ ਜਾਏ ਔਰ ਫੇਰ ਇਹਦੇ ਤੇ ਗੱਲਬਾਤ ਕੀਤੀ ਜਾਏ ਅੱਜ ਮੈਂ ਇੱਕ ਖਬਰ ਪੜ੍ਹ ਰਿਹਾ ਸੀਗਾ ਉਹ ਜਿਹੜੇ ਫ੍ਰੈਂਕਾਫੋਨਸ ਹੈਗੇ ਆ ਉਹਨਾਂ ਨੇ ਵੀ ਨਾ ਕਰ ਦਿੱਤੀ ਵੀ ਅਸੀਂ ਵੀ ਸਕੂਲਾਂ 'ਚ ਲਾਗੂ ਨਹੀਂ ਕਰਨਾ ਅ ਔਰ ਉਹ ਲੋਕ ਚਾਹੁੰਦੇ ਆ ਵੀ ਇਹ ਤੁਸੀਂ ਪਹਿਲਾਂ ਸਲਾਮ مشورہ ਕਰੋ ਫੇਰ ਕਰੋ ਇਹ ਤਾਂ ਮੈਨੂੰ ਲੱਗਦਾ ਜੀ ਉਹ ਜਿੱਦਾਂ ਉਧਰ ਪਿਛਲੇ ਦੇਸ਼ ਦੇ ਵਿੱਚ ਮੋਦੀ ਹੋਰੀ ਕਰ ਰਿਹਾ ਵੀ ਤੱਕੇ ਨਾ ਪਹਿਲਾਂ ਕਰ ਦਿਓ ਬਾਅਦ 'ਚ ਸਲਾਮ مشورہ ਦੀ ਗੱਲ ਕਰੋ ਬਿਲਕੁਲ ਜੀ ਵੀ ਦੁਨੀਆ ਜਿਹੜੀ ਐਦਾਂ ਆ ਵੀ ਇੱਕ ਪਾਲਿਸੀ ਬੜੀ ਮਸ਼ਹੂਰ ਹੋਈ ਸੀ ਕੋਲ ਪਾਲਿਸੀ ਆ ਜਿਹੜੀ ਇਹ ਅਲਬਰਟਾ ਦੀ 1980 ਵਾਲੀ ਉਹ ਅਸਲ 'ਚ ਉਦੋਂ ਵੀ ਅਜੇ ਪਿਛਾਂ ਨੂੰ ਜਾਣਾ ਚਾਹੁੰਦੇ ਨਹੀਂ ਉੱਥੇ ਫਸੇ ਹੋਏ ਨੇ ਮੈਂ ਨੂੰ ਟਵੀਟ ਕੀਤਾ ਸੀ ਜਿਸ ਦਿਨ ਇਹਨਾਂ ਨੇ ਜਿਹੜਾ ਡਰਾਫਟ ਔਰ ਰੀਲீஸ் ਕੀਤਾ ਮੇਰੇ ਦਿਮਾਗ ਦੇ ਵਿੱਚ ਇੱਕ ਦਮ ਜਿਹੜੀ ਉਹ ਪਿਕਚਰ ਉਸ ਵੇਲੇ ਆਈ ਜਿਸ ਦਿਨ ਹਾਊਸ ਦੀ ਪਹਿਲੀ ਬੈਠਕ ਸੀ ਅੱਛਾ ਇਹਨਾਂ ਨੇ ਜਿਹੜਾ ਆਉਂਦਿਆਂ ਹੀ ਅਨਾਉਂਸਮੈਂਟ ਕੀਤੀ ਨਾ ਜੀ ਉਹ ਅਨਾਉਂਸਮੈਂਟ ਇਹ ਸੀ ਕਿ ਜਿਹੜੀਆਂ ਗਵਰਨਮੈਂਟ ਦੀਆਂ ਅਨਾਉਂਸਮੈਂਟ ਹੋਣਗੀਆਂ ਉਹਨਾਂ ਦੇ ਵਿੱਚ ਹੁਣ ਲੈਂਡ ਐਕਨੋਲਜਮੈਂਟ ਜ਼ਰੂਰੀ ਨਹੀਂ ਹੋਈ ਜਿਹੜੀ ਕਿ ਇੰਡੀਜਨਸ ਕਮਿਊਨਿਟੀ ਦੀ ਰੈਕਗਨਾਈਜ਼ੇਸ਼ਨ ਸੀ ਜੀ ਤੇ ਉਹ ਮੈਨੂੰ ਇੱਕਦਮ ਸਾਹਮਣੇ ਆ ਗਈ ਉਸ ਤੋਂ ਬਾਅਦ ਜਿਸ ਢੰਗ ਨਾਲ ਜਿਹੜੇ ਇਹਨਾਂ ਨੇ ਬੰਦੇ ਪੁਆਇੰਟ ਕੀਤੇ 커ਰਿਕਲਮ ਨੂੰ ਜਿਹੜਾ ਡਰਾਫਟ ਕਰ ਲਈ ਕ੍ਰਿਸ ਚੈਂਪੀਅਨ ਵਰਗੇ ਉਸ ਵੇਲੇ ਵੀ ਕੰਟਰੋਵਰਸਰੀ ਬੜੀ ਬਣੀ ਸੀ ਹੁਣ ਤਾਂ ਤਕਰੀਬਨ ਇਹ ਕਹਿੰਦੇ ਨੇ ਵੀ ਅਸੀਂ ਪਿੰਡਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਅਸੀਂ ਕਿਸੇ ਅਲਬਰਟਾ ਦੇ ਇੱਕ ਵਿਊ ਨੂੰ ਰਿਪਰੈਜ਼ੈਂਟ ਕਰਦੇ ਆ ਤੁਸੀਂ ਅੰਦਾਜ਼ਾ ਲਾਓ ਕੋਈ ਸਕੂਲ ਬੋਰਡ ਨਹੀਂ ਬਚ ਰਿਹਾ ਕੋਈ ਕਮਿਊਨਿਟੀ ਨਹੀਂ ਹੈ ਕੋਈ ਮਿਊਨਿਸਪੈਲਿਟੀ ਨਹੀਂ ਹੈ ਕਾ ਟੀਚਰ ਸਾਰੇ ਇੱਕ ਪਾਸੇ ਨੇ 99% ਟੀਚਰ ਨੇ ਇਹਨਾਂ ਦੇ ਘਰਾਂ ਚੋਂ ਵੀ ਹੋਣਗੇ ਮੈਨੂੰ ਲੱਗਦਾ ਠੀਕ ਹੈ ਸਾਰੇ ਇੱਕ ਪਾਸੇ ਨੇ ਪਰ ਹਜੇ ਵੀ ਉਹਤੇ ਡਟੇ ਹੋਏ ਨੇ ਕਿ ਅਸੀਂ ਤੁਹਾਨੂੰ ਜਿਹੜਾ ਕਲੋਨੀਅਲ ਜਿਹੜਾ ਵਸਤੀਵਾਦੀ ਹਿਸਟਰੀ ਆ ਉਹ ਤੁਹਾਡੇ ਬੱਚਿਆਂ ਨੂੰ ਕੋਟਾ ਲਵਾ ਕੇ ਹਟਣਾ ਉਹਦਾ ਅ ਅੱਛਾ ਦੂਸਰੀ ਗੱਲ ਸੀਗੀ ਜਿਹੜੀ ਡਾਕਟਰਾਂ ਦੀ ਤੁਸੀਂ ਗੱਲ ਕੀਤੀ ਆ ਡਾਕਟਰ ਦੇ ਵਿੱਚ ਤਾਂ ਜਿਹੜਾ ਇੱਕ ਕਿਸਮ ਦਾ ਭਰੋਸਾ ਉਹ ਇਹਨਾਂ ਦਾ ਖਤਮ ਹੋ ਚੁੱਕਾ ਸਰਕਾਰ ਵਿੱਚੋਂ ਕਿਉਂਕਿ ਉਹਨਾਂ ਨੇ ਨਾ ਜੋ ਜਿਹੜਾ ਰਿਜੈਕਟ ਕਰਤਾ ਜਿਹੜਾ ਇਹਨਾਂ ਨੇ ਪ੍ਰਪੋਜ਼ਲ ਦਿੱਤਾ ਸੀ ਉਸ ਤੋਂ ਬਾਅਦ ਲੱਗਦਾ ਸੀਗਾ ਡਾਕਟਰ ਸ਼ੈਂਡਰੋ ਹੋਰਾਂ ਦੀ ਜਿਹੜੀ ਮੈਂ ਉਹਨਾਂ ਦੀ ਬਿਆਨਬਾਜ਼ੀ ਪੜ੍ਹੀ ਵੀ ਲੱਗਦਾ ਸੀ ਵੀ ਜਿਵੇਂ ਕੋਈ ਸੌਫਟ ਹੋਏ ਹੋਣ ਪਰ ਦੂਸਰੇ ਪਾਸੇ ਡਾਕਟਰ ਤਾਂ ਬਿਲਕੁਲ ਜੀ ਉਸ ਗੱਲ ਤੇ ਹੁਣ ਉਹ ਕਹਿੰਦੇ ਵੀ ਨਹੀਂ ਇਹ ਇਹਨਾਂ ਨੂੰ પાਸੇ ਕਰੋ ਫੇਰ ਗੱਲ ਕੀਤੀ ਜਾਵੇ ਬਿਲਕੁਲ ਜੀ ਕਿਉਂਕਿ ਉਹਨਾਂ ਦੇ ਵਿੱਚ ਕੋਈ ਵੀ ਪਹਿਲੀ ਗੱਲ ਤਾਂ ਸ਼ੈਂਡਰੋ ਪ੍ਰੋਸਾ ਆਪਣਾ ਬਹੁਤ ਚਰਦਕਵਾ ਚੁੱਕੇ ਨੇ ਇਦਾਂ ਦੀਆਂ ਰੈਰ ਐਗਜ਼ਾਮਪਲ ਨੇ ਵੀ ਜਿਹੜਾ ਮਨਿਸਟਰ ਆ ਉਹ ਆਪਣੀ politcal approach ਤੋਂ ਬਿਨਾ ਤੇ ਬੰਦੇ ਯਾਨੀ ਕਿ ਤੁਸੀਂ ਅੰਦਾਜ਼ਾ ਲਾਓ ਪੇ ਇਦਾਂ ਦੇ ਆਬਵੀਅਸ ਐਗਜ਼ੈਂਪਲ ਨੇ ਉਹਨਾਂ ਦੇ ਆਫਿਸ ਦੇ ਵਿੱਚੋਂ ਕਨਫਿਡੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਆ ਉਹ ਲੋਕਾਂ ਦੀ ਚੌਕ ਕੇ ਉਹਨਾਂ ਨੂੰ ਕਾਲਾਂ ਕੀਤੀਆਂ ਗਈਆਂ ਉਹਨਾਂ ਨੂੰ ਇੰਟੀਮੀਡੇਟ ਕਰਦੇ ਰਹੇ ਉੱਥੇ ਤੋਂ ਵੀ ਅੱਗੇ ਲੰਘ ਹੈ ਕਿ ਡਾਕਟਰ ਦੇ ਘਰੇ ਜਾ ਕੇ ਲੜਨ ਚਲੇ ਗਏ ਗੈਲਰੀ ਦੀ ਗੱਲ ਕਰ ਰਹੇ ਗੈਲਰੀ ਦੀ ਗੱਲ ਕਰ ਰਹੇ ਤੇ ਮੇਰਾ ਮਤਲਬ ਬਿਲਕੁਲ ਆਪਣਾ ਭਰੋਸਾ ਜਿਹੜਾ ਗਵਾ ਚੁੱਕੇ ਨੇ ਜਿਸ ਤਰ੍ਹਾਂ ਦਾ ਨੈਰੇਟਿਵ ਜਿਸ ਤਰ੍ਹਾਂ ਦਾ ਸੰਵਾਦ ਜਾਂ ਜਿਸ ਤਰ੍ਹਾਂ ਦਾ ਮਾਹੌਲ ਜਿਸ ਤਰ੍ਹਾਂ ਦੀ ਉਹ ਸਾਰੇ ਦਾ ਸਾਰਾ ਉਹਨਾਂ ਦੇ ਬਾਰੇ ਇੱਕ ਖਾਸ ਕਿਸਮ ਦਾ ਵਿਊ ਬਣਾ ਕੇ ਲੋਕਾਂ ਉਹਨਾਂ ਨੂੰ ਖਲਨਾਇਕ ਦੇ ਰੂਪ ਚ ਪੇਸ਼ ਕਰ ਰਹੇ ਨੇ ਤਾਂ ਡੈਫੀਨੇਟਲੀ ਆ ਸ਼ੈਂਡਰੋ ਨੂੰ ਲੰਬੇ ਕਰਨਾ ਪਊਗਾ ਇਸ ਵੇਲੇ ਕੈਨੀ ਨੂੰ ਸ਼ੈਂਡਰੋ ਵਿੱਚ ਡਾਕਟਰਾਂ ਦਾ ਕੋਈ ਭਰੋਸਾ ਨਹੀਂ ਹਲਵਾਟਾ ਦਾ ਮੈਨੂੰ ਪਤਾ ਜੀ اپੋਜੀਸ਼ਨ ਪਾਰਟੀ ਵੀ ਬਹੁਤ ਵਾਰੀ ਕਹਿ ਰਹੀ ਆ ਪਰ ਜੇਸਨ ਕੈਨੀ ਹੋ ਰਹੀ ਟਸ ਤੋਂ ਮਸ ਨਹੀਂ ਹੋ ਰਿਹਾ ਉਹ ਕਹਿੰਦੇ ਵੀ ਉਹਨਾਂ ਨੂੰ ਪੂਰਾ ਭਰੋਸਾ ਡਾਕਟਰ ਸ਼ੈਂਦਰੋ ਹੋਰਾਂ ਤੇ ਆ ਦੇਖੋ ਜੀ ਵੀ ਡਾਕਟਰ ਸ਼ੈਂਦਰੋ ਦਾ ਡਾਕਟਰ ਹੈ ਨਹੀਂਗੇ ਮਿਨਿਸਟਰ ਆਫ ਹੈਲਥ ਨੇ ਤੇ ਭਰੋਸਾ ਤੇ ਇਦਾਂ ਹੀ ਹੁੰਦਾ ਵੀ ਬਹੁਤ ਪਹਿਲੇ ਕੇਈ ਇਸ਼ੂ ਇਹਦਾਂ ਦੇ ਕਿ ਜਿੱਥੇ ਬਹੁਤ ਸਖਤ ਰਪਈਆ ਜਿਹੜਾ ਉਹਨਾਂ ਨੇ ਅਪਣਾਇਆ ਹੋਇਆ ਸੀ ਕਿ ਇੱਕ ਇਦਾਂ ਦੀ ਸ਼ਵੀ ਆ ਪ੍ਰੀਮੀਅਰ ਦੀ ਵੀ ਜਿਹੜਾ ਕਦਮ ਪੁੱਟਦੇ ਨੇ ਉਹ ਕਿਤੇ ਫੇ ਪਛਾਣੂ ਨਹੀਂ ਹੁੰਦੇ ਤੇ ਕੇਈ ਇਸ਼ੂ ਨੇ ਜਿੱਥੇ ਇਹਨਾਂ ਨੂੰ ਬੈਕਅਪ ਕਰਨਾ ਪਿਆ ਲੋਕ ਜਿਹੜੇ ਨੇ ਲੋਕ ਆ ਜਿਹੜੀ ਅਸਲੀ ਪਾਵਰ ਆ ਕੌਣ ਤਾਕਤ ਆ ਲੋਕ ਹੁੰਦੇ ਨੇ ਤੇ ਆਵਾਜ਼ ਜਿਹੜੀ ਆ ਲੋਕਾਂ ਦੀ ਉਹ ਦਿਨੋਂ ਦਿਨ ਜ਼ੋਰਦਾਰ ਟੰਗ ਦੇ ਨਾਲ ਜਿਹੜੀ ਆ ਉਹ ਹੋਰ ਉੱਚੀ ਹੋ ਰਹੀ ਆ ਤੇ ਡੈਫੀਨੇਟਲੀ ਉਹਨਾਂ ਨੂੰ ਪਿੱਛੇ ਮੋੜਨਾ ਪਊਗਾ ਅੱਛਾ ਜਿਹੜੀ ਇੱਕ ਆਰਸੀਕੇ ਰੌਕੀਜ਼ ਦੇ ਵਿੱਚ ਜਿਹੜੀ ਓਪਨ ਪਿਟ ਮਾਈਨਿੰਗ ਆ ਕੋਲ ਮਾਈਨਿੰਗ ਆ ਉਹਦੇ ਤੇ ਜਿਹੜੇ ਮਨਿਸਟਰ ਨੇ ਉਹ ਹਜੇ ਵਜ਼ਾਇਦਾ ਉਹ ਕਹਿੰਦੇ ਜੀ ਵੀ ਸਾਡੀ ਜਿਹੜੀ ਪਾਲਿਸੀ ਆ ਉਹ ਬਹੁਤ ਵਧੀਆ ਆ ਉਹਦੇ ਬਾਰੇ ਕੀ ਆਖੂਗੇ ਤੁਸੀਂ ਉਹ ਤੋਂ ਖੇਪਰੀ ਸਿਆਸਤ ਦੇ ਦੇਖੋ ਉਹਦੇ ਬਾਰੇ ਤੇ ਮੋٹے ਤੌਰ ਦੇ ਉੱਤੇ ਇਹ ਕੋਈ ਵੀ ਜਿਹੜਾ ਇਹਨਾਂ ਦਾ ਆਪਣਾ ਵੋਟਰ ਵੀ ਆ ਹੂੰ ਹੂੰ ਉਹ ਵੀ ਉੱਭਰ ਕੇ ਸਾਹਮਣੇ ਆ ਗਿਆ ਉਹ ਵੀ ਇਹਨਾਂ ਦੇ ਹੱਕ 'ਚ ਨਹੀਂ ਹੈ ਉਹ ਨਹੀਂ ਚਾਹੁੰਦੇ ਉੱਥੇ ਵੀ ਨਹੀਂ ਨਹੀਂ ਚਾਹੁੰਦੇ ਹੂੰ ਹੂੰ ਹਾਲਾਤ ਇਹ ਆ ਪਹਿਲਾਂ ਵੀ ਇਹਨਾਂ ਨੇ ਧੱਕੇ ਦੇ ਨਾਲ ਲਾਗੂ ਕਰ ਹੀ ਦਿੱਤਾ ਸੀ ਉਹ ਜਦੋਂ ਪੂਰਾ ਪ੍ਰੈਸ਼ਰ ਪੈ ਗਿਆ ਪਹਿਲਾਂ ਇਹਨਾਂ ਨੇ ਡਿਵਾਈਡ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਰੂਰਲ ਵਰਸਸ ਅਰਬਨ ਤੇ ਜਦੋਂ ਉਹ ਵੀ ਕੰਮ ਨਹੀਂ ਬਣਿਆ ਤੇ ਉਹ ਬੈਕਫੁੱਟ ਤੇ ਆ ਗਿਆ ਸੀਗੇ ਫਿਰ ਕਹਿ ਦਿੱਤਾ ਇਹ ਲੋਕਾਂ ਨੂੰ ਰਜਾਉਣ ਦੇ ਲਈ ਵੀ ਕੰਸਲਟੇਸ਼ਨ ਕਰਾਂਗੇ ਹੁਣ ਕੰਸਲਟੇਸ਼ਨ ਦੇ ਵਿੱਚ ਫਿਰ ਧੋਖਾ ਕੀਤਾ ਜਾ ਰਿਹਾ ਇਹੀ ਪੁੱਛਿਆ ਜਾ ਰਿਹਾ ਕੰਸਲਟੇਸ਼ਨ ਸਿਰਫ એનર્ਜੀ ਮਿਨਿਸਟਰ ਕਹਿੰਦੀ ਆ ਕਿ ਮੇਰੇ ਤਾਂ ਪ੍ਰਿਵੂ ਦੇ ਵਿੱਚ ਐਨਰਜੀ ਦਾ ਜਿਹੜਾ ਕਵੈਸਚਨ ਹੈ ਜਿਹੜਾ ਇਹ ਸ਼ੂ ਉਹ ਹੈ ਮੈਂ এনवायरमेंट ਦੇ ਕੁਐਸਚਨ ਕਿਉਂ ਪੁੱਛਾਂ এনवायरमेंट ਦੇ ਕੁਐਸਚਨ ਐਨवायरमेंट ਐਡਮਿਨਿਸਟਰ ਪੁੱਛੇ ਜਿਹੜਾ ਹੁਣ ਉਹ ਕੰਡਕਟ ਕੀਤਾ ਜਾ ਰਿਹਾ ਰਿਪੋਰਟ ਤਿਆਰ ਕੀਤੀ ਜਾ ਰਹੀ ਆ ਉਹ ਵੀ ਸਿਰਫ ਫੋਕਸਡ ਹੈ ਕੋਲ ਦੇ ਬਾਰੇ ਜੈਸਨੋ ਕੋਲ ਦੇ ਆੜ ਦੇ ਵਾਲੇ ਘੁਮਾ ਕੇ ਕੁਐਸਚਨ ਪੁੱਛੇ ਜਾ ਰਹੇ ਨੇ ਪਰ ਵਿਰੋਧ ਇਹਦਾ ਬਹੁਤ ਤਕੜਾ ਇਹਨਾਂ ਨੇ ਉਹਨਾਂ ਨੂੰ ਕਰ ਨਹੀਂ ਸਕਣਾ ਤੁਸੀਂ ਅੰਦਾਜ਼ਾ ਲਾਓ ਕਿ ਜਿਹੜਾ ਸਮਝਦੇ ਹੋ ਭਈ ਵਿਜ਼ਨ ਆ 1979 ਦੇ ਵਿੱਚ ਪੋਲੀਟਿਸ਼ੀਨਾਂ ਨੇ ਦੇਖਿਆ ਸੀ ਉਹ ਵੀ ਕੰਜ਼ਰਵੇਟਿਵ ਪੋਲੀਟਿਸ਼ੀਨਸ ਜੀ ਇਹ ਉਹਦੇ ਤੋਂ ਵੀ ਅੱਗੇ 1979 ਤੋਂ ਪਿਛਾਂ ਨੂੰ ਜਾਣਾ ਚਾਹੁੰਦੇ ਸੂਬੇ ਨੂੰ ਇਹਦੇ ਵਿੱਚ ਕਾਮਯਾਬ ਨਹੀਂ ਹੋ ਸਕਣਗੇ ਅਸੀਂ ਰੈਚਲ ਨੋਟਲੀ ਨੇ ਉਹਦੇ ਵਿੱਚ ਆਪਣਾ ਬਿੱਲ ਲੈ ਕੇ ਆਂਦਾ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਆਪੋਜੀਸ਼ਨ ਦਾ ਉਹ ਬਿੱਲ ਦਵਾ ਹੀ ਇੰਨਾ ਜ਼ਿਆਦਾ ਹਲਵਾਰਟਾ ਦੇ ਲੋਕਾਂ ਦਾ ਅਦਰਵਾਈਜ਼ ਸਾਡੇ ਆਪੋਜੀਸ਼ਨ ਦੇ ਬਿੱਲ ਮੈਂ ਵੀ ਮੋਸ਼ਨ ਲਿਆ ਜਾਂਦਾ ਉਹ ਡਿਫੀਟ ਕਰ ਦਿੱਤੇ ਜਾਂਦੇ ਆ ਵੋਟ ਪੈਣ ਤੋਂ ਪਹਿਲ ਅਬ ਡਿਬੇਟ ਹੋਣ ਤੋਂ ਪਹਿਲਾਂ ਹੀ ਡਿਫੀਟ ਹੋ ਜਾਂਦੇ ਆ ਉਹ ਜਨਨਮਸ ਕਨਸੈਂਟੇ ਨਹੀਂ ਸਾਨੂੰ ਮਿਲਦਾ ਉਹ ਤੁਸੀਂ ਅੰਦਾਜ਼ਾ ਲਾਓ ਲਾਹੌਰ ਵਰਟਾ ਦੇ ਲੋਕਾਂ ਦਾ ਇੰਨਾ ਪ੍ਰੈਸ਼ਰ ਆ ਕਿ ਉਹ ਬੈਲ ਜਿਹੜਾ ਉਹ ਪੇਸ਼ ਹੋਇਆ ਉਹ ਕਮੇਟੀ ਜੋ ਲੰਘ ਕੇ ਉੱਥੇ ਗਿਆ ਉਹ ਇੰਨੇ ਈਜ਼ੀਲੀ ਕਾਮਯਾਬ ਨਹੀਂ ਹੋਣਗੇ ਇਹਦੇ ਵਿੱਚ ਅ ਅੱਛਾ ਤੇ ਜਿਹੜੀ ਇਹਨਾਂ ਦੀ ਹੁਣੇ ਮੈਂ ਇੱਕ ਕੱਲ ਪਰਸੋਂ ਦੀ ਹੀ ਖਬਰ 'ਤੇ ਜਿਹੜੀ ਹੁਣ ਨੁਕਲੀਅਰ ਸਮਾਲ ਨੁਕਲੀਅਰ ਰੀਐਕਟਰ ਜਿਹੜੇ ਆ ਉਹ ਤਿੰਨ ਚਾਰ ਸੂਬਿਆਂ ਦੇ ਨਾਲ ਰਲ ਕੇ ਉਹਨਾਂ ਦੀ ਡਿਵੈਲਪਮੈਂਟ ਕਰਨੀ ਰਿਸਰਚ ਕਰਨ ਲਈ ਉਹਦੇ ਲਈ ਹੁਣ ਕੈਨੀ ਹੁਣੇ ਰਾਜ਼ੀ ਹੋਇਆ ਜੀ ਆ ਦੇਖੋ ਜੀ ਗੱਲ ਇਦਾਂ ਵੀ ਜਦੋਂ ਸਵਾਲ ਵੀ ਹੁੰਦੇ ਆ ਨਾ ਕੁਐਸਚਨ ਪੀਰੀਅਡ ਵੀ ਹੁੰਦਾ ਤੇ ਜੋ ਮਰਜ਼ੀ ਕਹਿ ਦਿੱਤਾ ਜਾਵੇ ਉੱਥੇ ਕਿਹੜਾ ਮੁੜ ਕੇ ਲੱਭਣਾ ਕਿਸੇ ਨੂੰ ਲੋਕ ਤਾਂ ਵੈਸੇ ਦੇਖਦੇ ਆ ਇੰਟਰਨੈਟ ਵੀ ਲੱਭਦੇ ਸਾਰਾ ਕੁਝ ਉਹ ਬਹੁਤ ਕੋਸ਼ਿਸ਼ ਆ ਕਹਿੰਦੇ ਆ ਜੇ ਦੇ ਮੁੜ ਕੇ ਕੋਈ ਬੈਕਅਪ ਨਹੀਂ ਹੁੰਦੀ ਯਾਰ ਨੇ ਹੁਣ ਇਹਨਾਂ ਨੇ ਉਹ ਇਹਨਾਂ ਦਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਉਹਨਾਂ ਚਾਰ ਸੂਬਿਆਂ ਨਾਲ ਹਾਂ ਮੈਂ ਸਮਝਦਾ ਹਾਂ ਉਹ ਗੱਲ ਕਿ ਉਹ ਬਹੁਤ ਤੇ ਇੱਕ ਪ੍ਰੀਲਿਮਿਨਰੀ ਜਿਹੜੀ ਇੱਕ ਸਟੈਪ ਹੁੰਦਾ ਆ ਇਨੀਸ਼ੀਏਟਿਵਸ ਤੋਂ ਵੀ ਮੈਂ ਸਮਝਦਾ ਪਤਾ ਨਹੀਂ ਉਹਨੂੰ ਕਿਹੜੇ ਕਿਹੜੇ ਹਿੱਸੇ ਚ ਰੱਖਿਆ ਜਾਵੇ ਮੈਨੂੰ ਪਤਾ ਹੈ ਜਦੋਂ ਭਾਰਤ ਦੀ ਗੇੜੀ ਤੇ ਵੀ ਇੱਥੋਂ ਗਏ ਸੀਗੇ ਉਦੋਂ ਕਈ ਕੀਤੇ ਸੀਗੇ ਇਦਾਂ ਦੇ ਤੇ ਉਹ ਸਵਾਲ ਇਹ ਆ ਵੀ ਜੋ ਵੀ ਲੋਕਾਂ ਦੇ ਦਵਾਤ ਨੇ ਹੋ ਰਿਹਾ ਜਾ ਉਹਨਾਂ ਨੂੰ ਆਪਣੀ ਵੋਕੈਬਲਰੀ ਚੇਂਜ ਕਰਨੀ ਪੈਂਦੀ ਆ ਭਾਸ਼ਾ ਚੇਂਜ ਕਰਨੀ ਪੈਂਦੀ ਆ ਪ੍ਰੈਸ਼ਰ ਜਿਹੜਾ ਤੁਸੀਂ ਸਵਾਲ ਸ਼ੁਰੂਜੇ ਕੀਤਾ ਸੀ ਵੀ ਦੋ ਸਾਲਾਂ ਜਿਹੜੀ ਇਹਨਾਂ ਦੀ ਕਾਰਸ਼ਗਾਰੀ ਲੋਕਾਂ ਦਾ ਦਬਾਅ ਬਹੁਤ ਜ਼ਿਆਦਾ ਹੈ ਤੇ ਹਜੇ ਬڑے ਰੰਗ ਬਦਲਦੇ ਨੇ ਪਰ ਇਹ ਜਿਹੜੇ ਤੁਸੀਂ ਕਹਿਆ ਨਿਊਕਲੀਅਰ ਰੀਐਕਟਰ ਆ ਚਾਹੇ ਕੋਈ ਟੈਕਨੋਲੋਜੀ ਨਾਲ ਸੰਬੰਧਿਤ ਹੋਰ ਕੋਈ ਇਨੀਸ਼ੀਏਟਿਵਸ ਨੇ ਐਲਾਨ ਕਰ ਰਹੇ ਨੇ ਪਰ ਜਦੋਂ ਉਹ ਉਹਦੇ ਅਗਲੇ ਸਟੈਪ ਸਾਹਮਣੇ ਆਉਂਦੇ ਨੇ ਜਦੋਂ ਕੁਝ ਕੰਕ੍ਰੀਟ ਸਾਹਮਣੇ ਆਊਗਾ ਉਸ ਵੇਲੇ ਜ਼ਿਆਦਾ ਕਿਹਾ ਜਾ ਸਕਦਾ ਪਰ ਅਸੀਂ ਇਦਾਂ ਦੇ ਕਿਸੇ ਵੀ ਕਦਮ ਦਾ ਜਿਹੜਾ ਆ ਉਹ ਜਿਹਦੇ ਚ ਸੂਬੇ ਨੂੰ ਫਾਇਦਾ ਹੁੰਦਾ ਉਹ ਬਿਲਕੁਲ ਸਵਾਗਤ ਕਰਾਂਗੇ ਅੱਛਾ ਥੋੜੀਆਂ ਜੀਆਂ ਜਿਹੜੀਆਂ ਪੋਲਸ ਆ ਰਹੀਆਂ ਸਿਗੀਆਂ ਜੀ ਉਹ ਕਹਿ ਰਿਹਾ ਵੀ ਜੇ ਅੱਜ ਇਲੈਕਸ਼ਨ ਅਲਬਰਟਾ ਸੂਬੇ ਵਿੱਚ ਹੋਵੇ ਤੇ ਜਿਹੜੀ ਐ ਐਨਡੀਪੀ ਵਾਲੇ ਸਰਕਾਰ ਬਣਾਉਣਗੇ ਤੁਹਾਨੂੰ ਲੱਗਦਾ ਜੀ ਉਹ ਜਿਹੜੀਆਂ ਪੋਲਸ ਨੰਬਰ ਆ ਉਹ ਬਿਲਕੁਲ ਕੀ ਕਹਿੰਦੇ ਉਹਦੇ ਠੀਕ ਨੇ ਦੇਖੋ ਜੀ ਪੋਲ ਚੰਗਾ ਸ਼ੋਅ ਕਰ ਰਹੇ ਨੇ ਮੈਂ ਕਹਿੰਨਾ ਉਹਦੇ ਨਾਲੋਂ ਵੀ ਜ਼ਿਆਦਾ ਜੇਸਟ ਕਰਨੀ ਹੋਣਾ ਨੂੰ ਲਰਨ ਕਰਨਾ ਚਾਹੀਦਾ ਤੇ ਸਾਨੂੰ ਉਹ ਹੋਰ ਹੱਲਾਸ਼ੇਰੀ ਵੀ ਦਿੰਦੇ ਆ ਤੇ ਸਾਡੇ ਤੇ ਜ਼ਿੰਮੇਵਾਰੀ ਵਧਾਉਂਦੇ ਆ ਜਿੰਨੀ ਵਾਰੀ ਪੋਲ ਆਉਂਦੇ ਨੇ ਓਨੀ ਵਾਰੀ ਜ਼ਿੰਮੇਵਾਰੀ ਵਧ ਜਾਂਦੀ ਆ ਕਿ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ ਮੈਂ ਕੱਲਾ ਕਰ ਰਿਆ ਸੀ ਪਿਛਲੀ ਵੀਕ ਹੀ ਤੇ ਇੱਕ ਕੰਸਟਿਟੂਐਂਟ ਨੇ ਫੋਨ ਚੱਕਿਆ ਉਹਨੇ ਕਿਹਾ ਮੈਂ ਤੇ ਕਨਜ਼ਰਵੇਟਿਵ ਆ ਮੈਂ ਕਹਾਂ ਜੀ ਬਹੁਤ ਚੰਗੀ ਗੱਲ ਆ ਵੀ ਮੈਂ ਤੇ ਹੁਣ ਐਮਐਲਏ ਆ ਮੇਰਾ ਤੇ ਫਰਜ ਸਾਰਿਆਂ ਨੂੰ ਰਿਪਰੈਜ਼ੈਂਟ ਕਰਨਾ ਤੁਹਾਡੀ ਫੀਡਬੈਕ ਵੀ ਮੇਰੇ ਲਈ ਉਨੀ ਇੰਪੋਰਟੈਂਟ ਹੈ ਤੇ ਖੁਸ਼ ਹਨ ਤੇ ਜਿਟੈਲਿਟੀ ਦੇ ਬਿੱਲ ਹੋਰ ਜਿਹੜੇ ਇਸ਼ੂ ਨੇ ਉਹ ਬਹੁਤ ਦੁਖੀ ਲੋਕ ਸਨ ਉਹਨਾਂ ਤੋਂ ਤੇ ਡੈਫੀਨੇਟਲੀ ਜਿਹੜੀ ਆਪੋਜੀਸ਼ਨ ਆ ਉਹ ਕਿਸੇ ਵੀ ਢੰਗ ਦੇ ਨਾਲ ਰੀਚਲ ਨੋਟ ਲਈ ਪ੍ਰੀਮੀਅਰ ਵੀ ਰਹਿ ਚੁੱਕੇ ਨੇ ਜਿਹੜੀ ਲੀਡਰਸ਼ਿਪ ਆ ਜਾਂ ਪਰਸਨੈਲਿਟੀ ਕਲਟ ਆ ਉਹਦੇ ਵਿੱਚ ਵੀ ਅ ਜੈਸਨ ਕਰਨੀ ਉਹਨਾਂ ਦੀ ਜਿਹੜੀ ਪਪੂਲਾਰਿਟੀ ਬਹੁਤ ਥੱਲੇ ਗਈ ਆ ਤੇ ਲਗਾਤਾਰ ਜਿਹੜਾ ਅਸੀਂ ਆਪਣੇ ਕਿਸੇ ਵੀ ਤਰ੍ਹਾਂ ਆਪਣੇ ਫਰਜ਼ ਤੋਂ ਪਿੱਛੇ ਨਹੀਂ ਭੱਜਾਂਗੇ ਅੱਜ ਵੀ ਮੈਂ ਦੁਪਹਿਰੇ ਜਿਹੜਾ ਰੇਸਿਜ਼ਮ ਦਾ ਸਪੈਸ਼ਲ ਇਸ਼ੂ ਆ ਅੰਡੀਆਨਾ ਦੇ ਵਿੱਚ ਬਹੁਤ ਹੀ ਦੁਖਦਾਈ ਖਾਸਾ ਵਾਪਰਿਆ ਤੇ ਇਹ ਇੱਕ ਬਹੁਤ ਵੱਡਾ ਇਸ਼ੂ ਆ ਇਹਦੇ ਤੇ ਇਹ ਸੱਤ ਜਿਹੜੀ ਪਿਲਰਸ ਕੰਸਲਟੇਸ਼ਨ ਸ਼ੁਰੂ ਕੀਤੀ ਹੋਈ ਆ 6 ਕੰਪਲੀਟ ਕੀਤੀਆਂ 6ਵੀਂ ਅੱਜ ਸੀ 7ਵੀਂ ਜਿਹੜੀ ਆ ਰੈਸ਼ਲਾਈਜ਼ ਕਮਿਊਨਿਟੀ ਦੀ ਪਾਰਟਿਸਪੇਸ਼ਨ ਤੇ ਕੰਸਲਟੇਸ਼ਨ ਅਗਲੇ ਸੈਟਰਡੇ ਹੋਣੀ ਆ ਉਹਦੇ ਤੋਂ ਵੀ ਅੱਗੇ ਆਪੋਜੀਸ਼ਨ ਨੇ ਇੱਕ ਵੈਬਸਾਈਟ ਬਣਾਈ ਹੋਈ ਆ ਅਲਬਰਟਾਸਫਿਊਚਰ.ca ਤੇ ਅਸੀਂ ਚਾਹੁੰਦੇ ਆਂ ਵੀ ਅਲਬਰਟਾ ਦੇ ਲੋਕ ਇਹ ਤੈਅ ਕਰਨ ਕਿ ਅਲਬਰਟਾ ਕਿੱਦਾਂ ਦਾ ਹੋਣਾ ਚਾਹੀਦਾ ਤੇ ਮੈਂ ਜਿੱਥੇ ਵੀ ਜਾਂਣਾ ਲੋਕਾਂ ਨੂੰ ਕੰਨਾ ਵੀ ਤੁਸੀਂ ਉਹ ਵੈਬਸਾਈਟ ਤੇ ਜਾਓ ਤੁਸੀਂ ਆਪਣੀ ਫੀਡਬੈਕ ਦਿਓ ਤੁਸੀਂ ਰਜਿਸਟਰ ਕਰੋ ਤੁਸੀਂ ਡਿਸਕਸਨਾਂ 'ਚ ਹਿੱਸਾ ਲਾਓ ਤੇ ਅਸੀਂ ਚਾਹੁੰਦੇ ਆਂ ਕਿ ਲੋਕ ਜਿਹੜਾ ਆ ਉਹ ਤੈਅ ਕਰਨ ਜਿਹੜਾ ਇਹ ਐਲਵਰਟ ਆ ਕੱਲ ਨੂੰ ਕਿਦਾਂ ਦਾ ਹੋਣਾ ਚਾਹੀਦਾ ਜਸਵੀਰ ਜੀ ਆਪਾਂ ਜਿਹੜੀਆਂ ਗੱਲਾਂ ਕੀਤੀਆਂ ਨੇ ਚਾਹੇ ਉਹ ਹੈਲਥ ਦੀ ਸੀ ਕੋਵਿਡ-19 ਦੀ ਸੀ ਡਾਕਟਰਾਂ ਦੇ ਨਾਲ ਮਸਲੇ ਸੀ ਦੂਸਰੇ ਹੈ ਨੇ ਆਪਣੇ ਕਰੀਕुलम ਵਾਲਿਆ ਐਨਡੀਪੀ ਪਾਰਟੀ ਇਹਨਾਂ ਹੀ ਮਸਲਿਆਂ ਨੂੰ ਕਿਸ ਤਰ੍ਹਾਂ ਟੈਕਲ ਕਰੂਗੀ ਜੀ ਦੇਖੋ ਜੀ ਬਹੁਤ ਕੁਝ ਫਿਲਾਸਫੀਕਲ ਡਿਬੇਟ ਜਿਹੜੀ ਹੁੰਦੀ ਆ ਉਹਦੇ ਵਿੱਚ ਕਈ ਵਾਰੀ ਬਹੁਤ ਕੁਝ ਪਰਦੇ ਵੀ ਹੁੰਦੇ ਸਾਂ ਜਦੋਂ ਉਦੋਂ ਕਈ ਕਈ ਵਾਰੀ ਪੜ੍ਹ ਕੇ ਫਿਰ ਕਈ ਕਈ ਚਿਰ ਸੋਚਣਾ ਤੇ ਗੱਲ ਸਮਝ ਨਹੀਂ ਆਉਂਦੀ ਸੀ ਹੁਣ ਜਿਸ ਢੰਗ ਨਾਲ ਦੁਨੀਆ ਦਾ ਇੱਕ ਪੋਲੀਟਿਕਲ ਪੂਰਾ ਹੀ ਧਰਾਤਲ ਚੇਂਜ ਹੋਈ ਆ ਸਾਰਾ ਕੁਝ ਤੇ ਉਹ ਜਾਨੀ ਕਿ ਤੁਹਾਡੀਆਂ ਜਿਹੜੀਆਂ ਥਿਉਰੀ ਤੁਹਾਨੂੰ ਆਪਣੇ ਆਪ ਜ਼ਿਆਦਾ ਗੀਆਂ ਸਾਰਾ ਕੁਝ ਭੁੱਲਿਆ ਹੋਇਆ ਸੀ ਕਿ ਉੱਥੇ ਇਦਾਂ ਲਿਖਿਆ ਆਇਆ ਹੁੰਦਾ ਸੀ ਅਲਬਰਟਾ ਦੇ ਵਿੱਚ ਐਨਡੀਪੀ ਨੇ ਪਿਛਲੇ 4 ਸਾਲ ਉਹਨਾਂ ਨੂੰ ਮੌਕਾ ਮਿਲਿਆ ਆਪਣੇ ਲੋਕਾਂ ਨੂੰ ਸਰਵ ਕਰਨ ਦਾ ਪਾਵਰ ਚ ਆ ਕੇ ਗਵਰਨ ਕਰਨ ਦਾ ਉਹ ਉਹ ਇੱਕ ਇਕਜ਼ਾਮਪਲ ਸਾਹਮਣੇ ਆ ਉਹਸੇ ਇਕਜ਼ਾਮਪਲ ਦਾ ਕੰਪੈਰੀਸ਼ਨ ਹੀ ਆ ਮੈਂ ਸਮਝਦਾ ਤੇ ਜਿਸ ਵੇਲੇ ਹੁਣ ਜੈਸਨ ਕੈਨੀ ਤੋਂ ਜਿਹੜੀ ਲੋਕਾਂ ਨੂੰ ਆਸ ਸੀ ਉਹ ਬਿਲਕੁਲ ਜਿਹੜੀ ਆ ਉਹ ਨਿਰਾਸ਼ਾਸ਼ ਬਦਲ ਚੁੱਕੀ ਆ ਤੇ ਹੁਣ ਉਹਨਾਂ ਨੂੰ ਦਿਦਾ ਆਪੇ ਇੱਕ ਕੰਪੈਰੀਟਿਵ ਵਿਜ਼ਨ ਜਿਹੜਾ ਸੀਗਾ ਉਹ ਵੀ ਹੈ ਸੀ ਜਿਹੜਾ ਹੀ ਰੱਦ ਕਰ ਦਿੱਤਾ ਤੇ ਡੈਫੀਨੇਟਲੀ ਆਪੇ ਡੈਫਿਸਟ ਇਹਨਾਂ ਦੀ ਸਾਡੇ ਨਾਲੋਂ ਵੀ ਵੱਡੀ ਹੋ ਗਈ ਆ ਡੈਫਿਸਟ ਸਾਡੇ ਕੋਲ ਵੀ ਸੀ ਅਸੀਂ ਵੀ ਬੈਲੈਂਸ ਦੇ ਆ ਰਾਹ ਦੇ ਉੱਤੇ ਸੀ ਈਵਨ ਜਿਹੜੀ ਇਹਨਾਂ ਨੇ ਅਨਾਉਂਸਮੈਂਟ ਕੀਤੀ ਆ ਕੇ ਅ ਜਿਹੜੀ ਉਹਦੇ ਤੇ ਆਪਣੇ ਬਜਟ ਦੇ ਉੱਤੇ ਉਹ 2 ਬਿਲੀਅਨ ਡਾਲਰ ਅਸੀਂ ਆਪਣੇ ਪ੍ਰੋਮਿਸ ਤੋਂ ਵੀ ਅੱਗੇ ਜਾ ਰਹੇ ਸੀਗੇ ਬਜਟ ਬੈਲੈਂਸ ਕਰਨ ਲਈ ਤੇ ਮੇਰੇ ਕਹਿਣ ਦਾ ਮਤਲਬ ਹੈ ਤੇ ਪਬਲਿਕ ਸੈਕਟਰ ਨੂੰ ਸਪੋਰਟ ਕੀਤੇ ਤੋਂ ਬਿਨਾ ਸਪੈਸ਼ਲੀ ਜਿਹੜਾ ਹੈਲਥ ਐਕसेसਿਬਲ ਤੇ ਵੋਟਵੈਲ ਐਜੂਕੇਸ਼ਨ ਐਂਡ ਯੂਨੀਵਰਸਲ ਹੈਲਥ케ਅ ਤੇ ਕੁਆਲਿਟੀ ਲਾਈਫ ਜਿੱਥੇ ਨਹੀਂ ਹੋਊਗੀ ਉੱਥੇ ਤੁਸੀਂ ਜੋ ਮਰਜ਼ੀ ਕਰ ਲਓ ਹਣ ਜਿੰਨੇ ਘੱਟ ਐਡਵਾਂਸ ਐਜੂਕੇਸ਼ਨ ਤੇ ਲੱਗੇ ਨੇ ਬਹੁਤ ਗੱਲਾਂ ਕਰਨ ਵਾਲੀਆਂ 45% ਤੱਕ ਵਧਾਉਣੀ ਔਰ ਤੁਸੀਂ ਫ੍ਰੈਂਕੋਫੋਨ ਦੀ ਗੱਲ ਕੀਤੀ ਆ ਆ ਸੇਂਟ ਜਾਨ ਕਾਲਜਸ ਜਿਹੜਾ ਹੈ ਕਾਲਜ ਹੈਗਾ ਜੀ ਆ ਉਹਦੇ 44% ਕਰਿਕਲਮ ਜਿਹੜਾ ਉਹਨਾਂ ਨੂੰ ਉਹ ਕੱਟ ਕਰਨੇ ਪਏ ਕੋਰਸਸ ਤੇ ਜਦੋਂ ਇਦਾਂ ਦੇ ਕੱਟ ਲੱਗਣੇ ਰਿਸਰਚ ਜਿਹੜੇ ਨੇ ਜਦੋਂ ਟੈਲੈਂਟ ਹੀ ਨਹੀਂ ਤੁਸੀਂ ਇੱਥੇ ਕ੍ਰੀਏਟ ਕਰਨਾ ਸਟੈਬਲਿਸ਼ ਕਰਨਾ ਕਿਹੜਾ ਨੇ ਆਗੇ ਇੱਥੇ ਪੈਸੇ ਇਨਵੈਸਟ ਕਰਨੇ ਬੜੀਆਂ ਚੀਜ਼ਾਂ ਕਾਊਂਟ ਕਰਨ ਵਾਲੀਆਂ ਤੇ ਜਿਹੜੇ ਟੈਕਸ ਕ੍ਰੈਡਿਟਸ ਦੀ ਡਿਜੀਟਲ মিডিਆ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਸੀਂ ਉਹ ਲਾਓ ਪਏ ਜਿਹੜੇ ਮੈਂ ਭੁੱਲ ਗਿਆ ਕਿਹੜੇ ਦੀ એનર્ਜੀ ਸੈਕਟਰ ਦੇ ਵਿੱਚ ਜਿਹੜੇ ਗ੍ਰੀਨ એનર્ਜੀ ਗ੍ਰੀਨ એનર્ਜੀ ਫਿਰ ਉਹ ਮੈਂ ਕੋ ਬਹੁਤ ਵੱਡੀ ਇਨਵੈਸਟਮੈਂਟ ਸੀ ਚਲੋ ਮੇਰੇ ਦਿਮਾਗ ਚ ਮੇਰੇ ਲਫ਼ਜ਼ ਨਹੀਂ ਮੇਰੇ ਇਸ ਵੇਲੇ ਆ ਸੋਲਰ ਤਾਂ ਨਹੀਂ ਨਹੀਂ ਜੀ ਚਲੋ ਕੋਈ ਹੋਏ ਮਤਲਬ ਹੈ ਉਸ ਪਾਸੇ ਤੋਂ ਹੀ ਹਾਂ ਤੇ ਉਹਦੀ ਪੋਟੈਂਸ਼ੀਅਲ ਬਹੁਤ ਹੈ ਫੂਡ ਪ੍ਰੋਸੈਸਿੰਗ ਦੇ ਵਿੱਚ ਐਗਰੀਕਲਚਰ ਚ ਬਹੁਤ ਕੁਝ ਕਰਨ ਵਾਲਾ ਹਜੇ ਬੈਲ ਡਿਬੇਟ ਕਰ ਰਹੇ ਆ ਜਿੱਥੇ ਕੈਨੇਡਾ ਇਨਫਰਾਸਟ੍ਰਕਚਰ ਜਿਹੜੀ ਬੈਂਕ ਹੈ ਉਨੇ 837 ਮਿਲੀਅਨ ਡਾਲਰ ਇਰੀਗੇਸ਼ਨ ਸਿਸਟਮ ਚ ਅਲਵਾਡਾ ਦੇ ਥੋੜੇ ਹਿੱਸੇ ਚ ਲਾਉਣਾ ਯਾਨੀ ਕਿ ਇਦਾਂ ਦੀ ਹਾਲਤ ਹੈ ਬਹੁਤ ਕੁਝ ਕੀਤਾ ਜਾ ਸਕਦਾ ਅਲਵਾਡਾ ਦੀ ਇਕਨੋਮੀ ਬਹੁਤ ਰਿਸੋਰਸਸ ਨੇ ਬਹੁਤ ਇੰਡੀਪੈਂਡੈਂਟ ਜਿਹੜੀ ਬਣ ਸਕਦੀ ਹੈ ਇਹਦੇਸ ਬੜੇ ਪੋਟੈਂਸ਼ੀਅਲ ਨੇ ਇਹਦੇ ਆਪਾਂ ਦੇਖਿਆ ਵੀ ਹੁਣ ਜਿਹੜਾ ਤੇਲ ਦੇ ਭਾਅ ਹੈਗੇ ਜੀ ਉਹ ਤਾਂ ਲੱਗਦਾ ਨਹੀਂ ਵੀ ਕੋਈ ਬਾੜੇ ਉੱਪਰ ਨੂੰ ਜਾਣਗੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਔਰ ਦੂਸਰਾ ਜਿਹੜਾ ਕਿਹਾ ਜਾ ਰਿਹਾ ਵੀ ਉਹ ਆਪਾਂ ਕੀ ਕਹਿੰਦੇ ਨੇ ਜਿਹੜੇ ਐਗਜ਼ਾਸਟ ਹੈ ਗਿਆ ਉਹ ਘਟਾਉਣੇ ਆ 0% ਤੇ ਚਲੇ ਜਾਣਾ ਉਹਦੇ ਲਈ ਮਤਲਬ ਜਦੋਂ ਆਪਾਂ ਉਸ ਕਾਲ ਨੂੰ ਦੇਖਦੇ ਆਂ ਤੇ ਅਲਬਰਟਾ ਦੇ ਵਿੱਚ ਜਿਹੜਾ ਬਜਟ ਆ ਪਹਿਲਾਂ ਤਾਂ ਉਹਦਾ 25 30% ਜਿਹੜਾ ਸਿਲਸਿਲਾ ਸੀ ਉਹ ਆਉਂਦਾ ਹੀ ਇਧਰੋਂ ਸੀਗਾ ਬਿਲਕੁਲ ਬਿਲਕੁਲ ਤੇ ਉਹ ਏਡਾ ਵੱਡਾ ਕਟਾ ਕਿਦਾਂ ਪੂਰਾ ਹੋਏਗਾ ਇੱਥੇ ਬਹੁਤਾ ਜਿਹੜਾ ਦੇਖੋ ਨਾ ਜੀ ਭਈ ਸਿੱਧੇ ਤੌਰ ਦੇ ਉੱਤੇ ਸਰਕਾਰ ਨੂੰ ਕੋਈ ਬਹੁਤ ਵੱਡੀ ਰਾਇਲਟੀ ਨਹੀਂ ਹੁੰਦੀ ਸੀ ਉਹਦੇ ਤੋਂ ਤੇਲ ਤੋਂ ਸਿੱਧੇ ਤੌਰ ਤੇ ਨਹੀਂ ਸੀ ਪਰ ਲੋਕ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਚੰਗੀਆਂ ਜੌਬਾਂ ਵਧੀਆ ਜੌਬਾਂ ਕਰਦੇ ਸੀ ਤੇ ਜੌਬਾਂ ਕਰਦੇ ਸੀ ਉਹ ਸੰਡਸਟਰੀ ਦੇ ਨਾਲ ਸੰਬੰਧਿਤ ਜਿਹੜਾ ਉਹਨਾਂ ਤੋਂ ਆਉਣ ਵਾਲਾ ਟੈਕਸ ਦਾ ਪੈਸਾ ਤੇ ਜਿਹੜੀ ਇਕਨੋਮੀ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਆ ਉਹ ਬਹੁਤ ਵੱਡਾ ਜਿਹੜਾ ਡਿਫਰੈਂਸ ਜਿਹੜਾ ਸੀਗਾ ਉਹ ਪੈਦਾ ਕਰਦੀ ਸੀ ਉਹਨੂੰ ਬਹੁਤ ਵੱਡੀ ਸੈਟਬੈਕ ਲੱਗੀ ਜੌਬਾਂ ਕ੍ਰੀਏਟ ਕਰਨੀਆਂ ਪੈਣਗੀਆਂ ਮੈਂ ਪੈਟਰੋਕੈਮੀਕਲਸ ਦੀ ਗੱਲ ਕਰਨਾ ਚਾਹੁੰਦਾ ਸੀ ਤੁਸੀਂ ਉਹਦੇ ਤੇ ਮੂਵ ਕਰ ਸਕਦੇ ਹੋ ਠੀਕ ਹੈ ਤੇ ਦੂਜਾ ਜਿਹੜਾ ਤੁਸੀਂ ਆਲ ਇੰਡਸਟਰੀ ਦੀ ਗੱਲ ਕਰਦੇ ਹੋ ਜੇ ਕ੍ਰਾਈਸਲਰ ਨੇ ਕਹਿ ਦਿੱਤਾ ਜੇ ਜੀਐਮ ਨੇ ਕਹਿ ਦਿੱਤਾ ਵੀ ਗੱਡੀਆਂ ਡਿਸਕੰਟੀਨਿਊ ਕਰਤੀਆਂ ਜੇ ਕੈਲੀਫੋਰਨੀਆ ਇਹ ਅਨਾਉਂਸਮੈਂਟ ਕਰੂਗਾ ਵੀ 2035 ਤੱਕ ਅਸੀਂ ਉਹਦੇ ਤੇ ਚੱਲ ਜਾਣਾ ਰਿਨਿਊਅਲ ਤੇ ਤੇ ਤੁਸੀਂ ਮਾਰਕੀਟ ਵੀ ਦੇਖਣੀ ਆ ਜਿਹੜੀ ਸ਼ੈੱਲ ਹੋਵੇ ਕੋਈ ਵੀ ਵੱਡੀ ਕੰਪਨੀ ਹੋਵੇ ਹਸਕੀ ਹੋਵੇ ਦੇਖੋ ਜੀ ਉਹਨਾਂ ਨੇ ਉੱਥੇ ਪੈਸਾ ਲਾਉਣਾ ਜਿੱਥੇ ਉਹਦੀ ਮਾਰਕੀਟਿੰਗ ਹੈਗੀ ਹੈ ਡਿਮਾਂਡ ਹੈਗੀ ਆ ਤੁਹਾਨੂੰ ਬਹੁਤ ਦੂਰ ਦਾ ਸੋਚ ਕੇ ਜਿਹੜੇ ਉਹ ਸਟੈਪ ਲੈਣੇ ਹੋਣਗੇ ਔਰ ਐਨਡੀਪੀ ਨੇ ਇਹ ਡਿਫਰੈਂਸ ਦਿਖਾਇਆ ਸੀ ਅਸੀਂ ਹਾਈਡਰੋਜਨਸ ਬਾਰੇ ਅ ਨਮੀ ਸਟੱਡੀ ਜਿਹੜੀ ਕੀਤੀ ਆ ਉਹ ਲੈ ਕੇ ਆਏ ਆ ਤੇ ਬੜੀ ਪੋਟੈਂਸ਼ੀਅਲ ਹੈਗੀ ਇੱਥੇ ਬਹੁਤ ਬਹੁਤ ਧੰਨਵਾਦ ਜਸਵੀਰ ਜੀ ਤੁਸੀਂ ਸਮਾਂ ਕੱਢ ਕੇ ਆਏ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਚੈਨਲ ਪੰਜਾਬੀ ਤੇ ਇਹ ਅਲਬਰਟਾ ਵੀਕਲੀ ਪ੍ਰੋਗਰਾਮ ਹੁੰਦਾ ਤੇ ਆਗਾ ਨੂੰ ਵੀ ਤੁਹਾਨੂੰ ਹਾਜ਼ਰੀ ਭਰਨ ਨੂੰ ਬੇਨਤੀ ਕਰਾਂਗੇ ਜੀ ਅਸੀਂ ਧੰਨਵਾਦ ਪਹੁੰਚਣ ਦੀ ਖਾਤਿਰ ਆਲਸਾ ਵਾਇਰ ਦੀ ਕੀ ਫਤ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ